लेसन नंबर 3 क्लास 7 फाइबर टू फैब्रिक रेशे तो कपड़ा। बच्चों लास्ट क्लास के विच तुसी रेशे तो कपड़ा किवें बनता है, रेशे मिलते कितों, असी पढ़िया सी कि रेशे फाइबर सानू प्लांट्स और एनिमल्स तो मिलता है। प्लांट्स तो सानू केड़ा केड़ा फाइबर मिलता है, कॉटन और जूट, और एनिमल्स तो सानू की मिलता है, वूल एंड सिल्क। वूल एंड सिल्क ਆਪਾਂ ਐਨੀਮਲਸ ਤੋਂ ਕਿਵੇਂ ਤਿਆਰ ਕਰਦੇ ਹਾਂ ਅੱਜ ਉਹਦੇ ਬਾਰੇ ਪੜ੍ਹਾਂਗੇ। ਊਲ ਸਾਨੂੰ ਬੱਚੇ ਸ਼ੀਪ ਜੋ ਕੈਮਲ ਐਨੀਮਲਸ ਤੋਂ ਮਿਲਦੀ ਹੈ, ਔਰ ਸਿਲਕ ਦਾ ਫਾਈਬਰ ਜਿਹੜਾ ਹੈ ਰੇਸ਼ਮ ਦੇ ਕੀੜੇ ਸਿਲਕ ਵਾਰਮ ਤੋਂ ਮਿਲਦਾ ਹੈ। ਸ਼ੀਪ ਗੋਟ ਯਾਰਕ ਤੁਸੀਂ ਦੇਖਿਆ ਹੋਏਗਾ ਕਿ ਸ਼ੀਪ ਦੀ ਬਾਡੀ ਦੇ ਉੱਤੇ ਕਿੰਨੇ ਜ਼ਿਆਦਾ ਵਾਲ ਹੁੰਦੇ ਨੇ, ਔਰ ਕਈਆਂ ਦੀ ਦਾੜੀ ਦੇ ਵੀ ਇੱਥੇ ਵਾਲ ਹੁੰਦੇ ਨੇ, ਦੋ ਥਾਵਾਂ 'ਤੇ ਬੱਚੇ ਉਹਨਾਂ ਦੇ ਵਾਲ ਹੁੰਦੇ ਨੇ, ਇੱਕ ਕੋਰਸ ਬੇਅਰਡ ਹੇਅਰ ਏ ਦੇ ਵਾਲ, ਦਾੜੀ ਦੇ ਜਿਹੜੇ ਵਾਲ ਹੁੰਦੇ ਨੇ ਰੁੱਖੇ ਹੁੰਦੇ ਨੇ, ਔਰ ਸਕਿਨ ਦੇ ਉੱਤੇ ਜਿਹੜੇ ਵਾਲ ਹੁੰਦੇ ਨੇ ਇਹ ਸੋਫਟ ਹੁੰਦੇ ਨੇ, ਔਰ ਅਸੀਂ ਇਸਨੂੰ ਇਸਤੇਮਾਲ ਕਰਦੇ ਹਾਂ ਫੂਲ ਬਣਾਉਣ ਦੇ ਵਿੱਚ। ਸੋ ਇਸ ਤੋਂ ਇਲਾਵਾ ਤੁਸੀਂ ਦੇਖ ਰਹੇ ਹੋ ਕਿ ਸਾਨੂੰ ਕਿੱਥੋਂ ਮਿਲਦੀ ਹੈ, ਯੋਕ ਤੋਂ। ਯੋਕ ਬੱਚੋ ਤਿੱਬਤ ਔਰ ਲੱਦਾਖ ਦੇ ਵਿੱਚ ਮਿਲਦਾ ਹੈ, ਬਹੁਤ ਸਾਰੀ ਇਹਦੀ ਬੂਰ ਜਿਹੜੀ ਹੈ ਸਾਨੂੰ ਮਿਲਦੀ ਹੈ, ਔਰ ਲਿਆਮਾ ਔਰ ਅਲਪੈਕਾ ਜਿਹੜੇ ਸਾਊਥ ਅਮੈਰੀਕਾ ਦੇ ਵਿੱਚ ਇਹ ਜਾਨਵਰ ਪਾਲੇ ਜਾਂਦੇ ਹਨ, ਔਰ ਜਿੱਦਾਂ ਇੱਥੇ ਭੇਡਾਂ ਔਰ ਪਾਲੀਆਂ ਜਾਂਦੀਆਂ ਹਨ ਉੱਥੇ ਇਹਨਾਂ ਦੀ ਨੂੰ ਪਾਲਿਆ ਜਾਂਦਾ ਹੈ ਤਾਂ ਕਿ ਇਹ ਬੂਰ ਜਿਹੜੀ ਹੈ ਪ੍ਰਾਪਤ ਕਰ ਸਕਣ। ਇਸ ਤੋਂ ਇਲਾਵਾ ਕੈਮਲ ਬੱਚੋ ਰੇਗਿਸਤਾਨ ਦੇ ਵਿੱਚ ਰਹਿੰਦਾ ਹੈ, ਔਰ ਇਹਦੀ ਇੱਥੇ ਔਰ ਇਸ ਜਗ੍ਹਾ 'ਤੇ ਕਾਫੀ ਵਾਲ ਹੁੰਦੇ ਹਨ, ਉਸ ਤੋਂ ਸਾਨੂੰ ਜਿਹੜੀ ਹੈ ਬੂਰ ਮਿਲਦੀ ਹੈ। ਇਸ ਤੋਂ ਇਲਾਵਾ ਅੰਗੋਰਾ ਗੋਟ ਜਿਹੜੀ ਹੈ ਜੰਮੂ ਕਸ਼ਮੀਰ ਦੇ ਵਿੱਚ ਕਿਲੀ ਰੀਜਨ ਦੇ ਵਿੱਚ ਮਿਲਦੀ ਹੈ, ਔਰ ਇਸ ਤੋਂ ਇਲਾਵਾ ਇੱਕ ਹੋਰ ਗੋਟ ਹੈ ਪਸ਼ਮੀਨਾ, ਜਿਹੜੀ ਕਿ ਪਸ਼ਮੀਨਾ ਸ਼ੋਲ ਦੇ ਵਿੱਚ, ਕਿਉਂਕਿ ਇਹਦੇ ਜਿਹੜੇ ਫਰ ਹੈ ਬਹੁਤ ਸੌਫਟ ਹੁੰਦੀ ਹੈ, ਔਰ ਪਸ਼ਮੀਨਾ ਸ਼ੋਲ ਬਣਾਉਣ ਵਿੱਚ ਇਸਦਾ ਇਸਤੇਮਾਲ ਕੀਤਾ ਜਾਂਦਾ ਹੈ। ਫਰੋਮ ਫਾਈਬਰ ਟੂ ਵੂਲ, ਰੇਸ਼ੇ ਤੋਂ ਵੂਲ ਕਿਸ ਤਰ੍ਹਾਂ ਬਣਦੀ ਹੈ? ਬੱਚੋ ਵੂਲ ਪ੍ਰਾਪਤ ਕਰਨ ਵਾਸਤੇ ਸਾਨੂੰ ਸਭ ਤੋਂ ਪਹਿਲਾਂ ਕੀ ਕਰਨਾ ਪੈਂਦਾ, ਸ਼ੀਪ ਨੂੰ ਪਾਲਣਾ ਪੈਂਦਾ, ਭੇਡਾਂ ਨੂੰ ਪਾਲਣਾ ਪੈਂਦਾ ਹੈ, ਫਿਰ ਉਸਨੂੰ ਆਪਾਂ ਕੀ ਕਹਿੰਦੇ ਹਾਂ, ਰੇਅਰਿੰਗ ਐਂਡ ਬਰੀਡਿੰਗ ਆਫ ਸ਼ੀਪ। ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਸਿੱਕਮ, ਰਾਜਸਥਾਨ ਦੇ ਵਿੱਚ ਤੁਸੀਂ ਕਈ ਵਾਰ ਜਾਂਦੇ ਹੋ ਤਾਂ ਦੇਖਿਆ ਹੋਏਗਾ ਕਿ ਗਡਰੀਏ, ਜਿਹਨਾਂ ਨੂੰ ਸ਼ੈਪਰਡਸ ਵੀ ਕਹਿੰਦੇ ਹਨ, ਉਹ ਉਹਨਾਂ ਨੂੰ ਸ਼ੀਪ ਨੂੰ ਚਰਾਉਂਦੇ ਹੁੰਦੇ ਆ, ਕਿਉਂਕਿ ਸ਼ੀਪ ਜਿਹੜੇ ਨੇ ਹਰਬੀ ਬੋਸ ਨੇ ਘਾਹ ਖਾਂਦੇ ਨੇ। ਇਸ ਤੋਂ ਇਲਾਵਾ ਉਹ ਦਾਲਾਂ, ਕੌਰਨ, ਜਵਾਰ, ਆਇਲ ਕੇਕਸ ਹੁੰਦੇ ਨੇ ਜਿਹੜੇ ਬੀਜਾਂ ਤੋਂ ਤੇਲ ਪ੍ਰਾਪਤ ਕਰ ਲੈਂਦੇ ਆ, ਉਸ ਤੋਂ ਬਾਅਦ ਜਿਹੜਾ ਮਟੀਰੀਅਲ ਬਚਦਾ ਹੈ ਉਸਨੂੰ ਉਹ ਖਾਂਦੇ ਨੇ। ਇਸ ਤੋਂ ਇਲਾਵਾ ਸਰਦੀਆਂ ਦੇ ਵਿੱਚ ਉਹ ਲੀਵਸ, ਗ੍ਰੇਨ ਅਤੇ ਡਰਾਈ ਫੂਡਸ ਖਾਂਦੇ ਨੇ। ਔਰ ਸਾਡੀ ਕੰਟਰੀ ਦੇ ਵਿੱਚ ਅਲੱਗ ਅਲੱਗ ਥਾਵਾਂ 'ਤੇ ਅਲੱਗ ਅਲੱਗ ਜਿਹੜੀਆਂ ਸ਼ੀਪਸ ਪਾਲੀਆਂ ਜਾਂਦੀਆਂ ਨੇ, ਉਹਨਾਂ ਤੋਂ ਜਿਸ ਤਰ੍ਹਾਂ ਨੰਬਰ 1 ਲੋਹੀ ਜਿਹੜੀ ਹੈ ਰਾਜਸਥਾਨ ਅਤੇ ਪੰਜਾਬ ਦੇ ਵਿੱਚ ਤੁਹਾਨੂੰ ਮਿਲੇਗੀ, ਔਰ ਇਹ ਬਹੁਤ ਅੱਛੀ ਕੁਆਲਿਟੀ ਦੀ ਵੂਲ ਦਿੰਦੀ ਹੈ। ਰਾਮਪੁਰ ਬੁਸ਼ਹਿਰ, ਇਹ ਬਰਾਊਨ ਫਲੀਜ਼ ਹੈ, ਇਹ ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਮਿਲਦੀ ਹੈ। ਨਾਲੀ ਇਹ ਕਾਰਪੇਟ ਵੂਲ ਜਿਹੜੇ ਕਾਰਪੇਟ ਬਣਾਉਣ ਵਾਸਤੇ ਇਸਤੇਮਾਲ ਹੁੰਦੇ ਨੇ, ਇਹਦਾ ਨਾਲੀ ਬ੍ਰੀਡ ਤੋਂ ਸਾਨੂੰ ਮਿਲਦੀ ਹੈ, ਔਰ ਰਾਜਸਥਾਨ, ਹਰਿਆਣਾ, ਪੰਜਾਬ ਦੇ ਵਿੱਚ ਮਿਲਦੀ ਹੈ। ਬਾਕਰਵਾਲ, ਇਹ ਸ਼ੋਲ ਬਣਾਉਣ ਵਾਸਤੇ ਇਸਤੇਮਾਲ ਹੁੰਦੀ ਹੈ, ਜੰਮੂ ਕਸ਼ਮੀਰ ਦੇ ਵਿੱਚ ਮਿਲਦੀ ਹੈ। ਮਾਰਵਾੜੀ ਕੋਰਸ ਵੂਲ ਗੁਜਰਾਤ ਦੇ ਵਿੱਚ, ਇਹ ਥੋੜ੍ਹੀ ਵੂਲ ਸਖਤ ਹੁੰਦੀ ਹੈ, ਰੁੱਖੀ ਹੁੰਦੀ ਆ, ਔਰ ਪਾਟਣਵਾੜੀ ਇਹ ਹੋਜ਼ਰੀ ਦੇ ਵਿੱਚ ਇਸਤੇਮਾਲ ਹੁੰਦੀ ਹੈ, ਸਾਨੂੰ ਗੁਜਰਾਤ ਦੇ ਵਿੱਚ ਮਿਲਦੀ ਹੈ। ਪ੍ਰੋਸੈਸ ਕੀ ਹੈ ਫਾਈਬਰ ਇੰਟੂ ਵੂਲ ਦਾ? ਪਹਿਲਾਂ ਆ ਜਾਂਦਾ ਬੱਚੋ ਸ਼ੇਅਰਿੰਗ। ਸ਼ੇਅਰਿੰਗ ਦੇ ਵਿੱਚ ਕੀ ਹੈ ਕਿ ਆਪਾਂ ਜਿਸ ਤਰ੍ਹਾਂ ਤੁਸੀਂ ਵਾਲ ਕਟਾਉਣ ਜਾਂਦੇ ਹੋ ਨਾਈ ਤੋਂ, ਉਸੇ ਤਰੀਕੇ ਦੇ ਨਾਲ ਸ਼ੀਪ ਦੇ ਬੋਡੀ ਦੇ ਉੱਤੋਂ ਵੀ ਵਾਲ ਜਿਹੜੇ ਆ ਸਾਫ਼ ਕੀਤੇ ਜਾਂਦੇ ਨੇ। ਹੁਣ ਔਰ ਉਸ ਤੋਂ ਬਾਅਦ ਜਿਹਨੂੰ ਆਪਾਂ ਕੀ ਕਹਿੰਦੇ ਹਾਂ, ਸ਼ੇਅਰਿੰਗ ਔਫ ਸ਼ੀਪ, ਇਹਦੇ ਵਾਲ ਕੱਟ ਲਿੱਤੇ ਜਾਂਦੇ ਨੇ। ਉਸ ਤੋਂ ਬਾਅਦ ਇਹ ਵਾਲ ਨੂੰ, ਕਿਉਂਕਿ ਡਸਟ ਦੇ ਨਾਲ ਭਰੇ ਹੁੰਦੇ ਨੇ, ਫਿਰ ਇਹਨਾਂ ਨੂੰ ਆਪਾਂ ਟੈਂਕ ਦੇ ਵਿੱਚ ਪਾ ਕੇ ਪਾਣੀ ਦੇ ਨਾਲ ਵਾਸ਼ ਕਰਦੇ ਹਾਂ ਤਾਂ ਕਿ ਇਹਦੀ ਸਾਰੀ ਮਿੱਟੀ ਨਿਕਲ ਜਾਏ। ਹੁਣ ਇਹ ਜਿਹੜੀ ਹੈ ਮਸ਼ੀਨਾਂ ਦੇ ਨਾਲ ਹੋਣ ਲੱਗ ਪਈ ਹੈ, ਸਕੋਰਿੰਗ ਬਾਏ ਮਸ਼ੀਨ,
ਇਹਦੇ ਦੋ ਸਟੈਪ ਨੇ, ਪਹਿਲੇ ਆ ਗਿਆ ਸ਼ੇਅਰਿੰਗ ਏ ਸ਼ੀਪ, ਫਿਰ ਸਕੋਰਿੰਗ, ਫਿਰ ਉਸ ਤੋਂ ਬਾਅਦ ਆ ਜਾਂਦਾ ਹੈ ਥਰਡ ਸਟੋਰ ਸੋਰਟਿੰਗ। ਇਹਦੇ ਜਿਹੜੇ ਰੇਸ਼ੇ ਆ ਇਹਨਾਂ ਨੂੰ ਅਲੱਗ ਕੀਤਾ ਜਾਂਦਾ ਹੈ, ਫਿਰ ਉਹਨਾਂ ਨੂੰ ਫੈਕਟਰੀ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ। ਫਿਰ ਛੋਟੇ ਜਿਹੜੇ ਫਲੱਫੀ ਫਾਈਬਰਸ ਨੇ ਜਿਹਨਾਂ ਨੂੰ ਆਪਾਂ ਬੂਲ ਕਹਿੰਦੇ ਹਾਂ, ਤੁਸੀਂ ਆਮ ਆਪਣੀ ਸਵੈਟਰ ਦੇ ਉੱਤੇ ਵੀ ਦੇਖਿਆ ਹੋਏਗਾ, ਉਹਨਾਂ ਨੂੰ ਚੁਣ ਕੇ ਫਿਰ ਧੋਤਾ ਜਾਂਦਾ ਹੈ, ਸੁਕਾਇਆ ਜਾਂਦਾ ਹੈ, ਫਿਰ ਉਹਨਾਂ ਨੂੰ ਫਿਰ ਵੂਲ ਦੇ ਫਾਈਬਰਸ ਬਣਾਉਣ ਲਈ ਭੇਜ ਦਿੱਤਾ ਜਾਂਦਾ ਹੈ। ਇਹ ਜਿਹੜੇ ਫਾਈਬਰਸ ਨੇ ਇਹਨਾਂ ਨੂੰ ਆਪਾਂ ਡਿਫਰੈਂਟ ਡਿਫਰੈਂਟ ਕਲਰ ਵੀ ਕਰ ਸਕਦੇ ਹਾਂ। ਆਮ ਜਿਹੜੇ ਸਾਨੂੰ ਸ਼ੀਪ ਤੁਸੀਂ ਦੇਖਿਆ ਹੋਗਾ ਬਲੈਕ, ਉਹਨਾਂ ਤੋਂ ਬਰਾਊਨ ਜਾਂ ਬਲੈਕ ਜਾਂ ਵਾਈਟ ਕਲਰ ਦੀ ਜਿਹੜੀ ਹੈ ਓਰੀਜਿਨਲ ਹੀ ਜਿਹੜੀ ਆ ਵੂਲ ਮਿਲ ਜਾਂਦੀ ਹੈ। ਉਸ ਤੋਂ ਬਾਅਦ ਜਿਹੜੇ ਫਾਈਬਰਸ ਬਣ ਜਾਂਦੇ ਨੇ ਉਹਨਾਂ ਨੂੰ ਸਟਰੇਟ ਕੀਤਾ ਜਾਂਦਾ ਹੈ ਔਰ ਰੋਲ ਕੀਤਾ ਜਾਂਦਾ ਹੈ, ਅਤੇ ਫਿਰ ਸਵੈਟਰ ਬਣਾਉਣ ਵਾਸਤੇ ਇਹ ਤੁਸੀਂ ਦੇਖ ਰਹੇ ਹੋ ਰੋਲਿੰਗ ਇੰਟੂ ਯਾਰਨ, ਤਾਂ ਅੱਗੇ ਜਦੋਂ ਬਣ ਜਾਂਦੇ ਨੇ ਅਤੇ ਫਿਰ ਇਹਨਾਂ ਨੂੰ ਵੂਲ ਸਵੈਟਰ ਬਣਾਉਣ ਵਾਸਤੇ ਭੇਜਿਆ ਜਾਂਦਾ ਹੈ। ਨੈਕਸਟ ਬੱਚੋ ਆ ਗਿਆ ਸਿਲਕ। ਸਿਲਕ ਦਾ ਸਾਨੂੰ ਰੇਸ਼ਾ ਹੈ ਜਿਹੜਾ ਉਹ ਸਿਲਕ ਵਾਰਮ ਤੋਂ ਮਿਲਦਾ ਹੈ। ਹਾਂਜੀ, ਲਾਈਫ ਹਿਸਟਰੀ ਆਫ ਸਿਲਕ ਵਾਰਮ, ਰੇਸ਼ਮ ਦਾ ਰੇਸ਼ਾ ਸਾਨੂੰ ਕਿਵੇਂ ਮਿਲਦਾ ਹੈ। ਜਿਹੜੀ ਇਹ ਫੀਮੇਲ ਸਿਲਕ ਵਾਰਮ ਹੈ ਇਹ ਅੰਡੇ ਦੇ ਦਿੰਦੀ ਹੈ। ਅੰਡਿਆਂ ਤੋਂ ਸਾਰੇ ਵਿੱਚੋਂ ਕੀ ਨਿਕਲ ਆਉਂਦੇ ਹੈ ਲਾਰਵਾ, ਜਿਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ ਕੈਟਰਪਿਲਰ। ਜਦੋਂ ਕੈਟਰਪਿਲਰ ਥੋੜ੍ਹਾ ਵੱਡਾ ਹੋ ਜਾਂਦਾ ਨੈਕਸਟ ਸਟੇਟ ਦੇ ਵਿੱਚ ਆ ਜਾਂਦਾ, ਉਹਨੂੰ ਆਪਾਂ ਕੀ ਕਹਿੰਦੇ ਹਾਂ ਪਿਊਪਾ। ਫਿਰ ਉਸ ਤੋਂ ਬਾਅਦ ਉਹ ਕੀ ਕਰਦਾ ਹੈ ਕਿ ਇੱਕ ਜਾਲ ਬੁਣਨਾ ਸ਼ੁਰੂ ਕਰ ਦਿੰਦਾ ਹੈ। ਜਦੋਂ ਇਹ ਜਾਲ ਅੱਠ ਦੀ ਸ਼ੇਪ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਹੈ ਤਾਂ ਉਹ ਆਪਣੇ ਕੈਟਰਪਿਲਰ ਹੈ। ਦੇਖੋ ਇੱਥੇ ਉਹ ਅੰਡੇ ਦਿੰਦੀ ਹੈ ਔਰ ਉਸ ਤੋਂ ਬਾਅਦ ਇਹ ਜਿਹੜਾ ਕਕੂਨ ਬਣ ਗਿਆ ਔਰ ਇਹ ਅੱਠ ਦੀ ਫੋਮ ਦੇ ਵਿੱਚ ਜਾਲ ਬਣਾਉਣਾ ਸ਼ੁਰੂ ਕਰ ਦਿੰਦਾ ਹੈ ਔਰ ਇੱਕ ਇਹੋ ਜਿਹਾ ਮਟੀਰੀਅਲ ਬਾਹਰ ਕੱਢਦਾ ਹੈ ਜਿਹਨੂੰ ਆਪਾਂ ਪ੍ਰੋਟੀਨ ਕਹਿੰਦੇ ਹਾਂ। ਉਹ ਹਾਰਡ ਹੋ ਜਾਂਦਾ ਹੈ ਔਰ ਹਵਾ ਦੇ ਵਿੱਚ ਜਾਂਦਾ ਹੈ ਔਰ ਉਸ ਤੋਂ ਬਾਅਦ ਉਹ ਕੀ ਬਣ ਜਾਂਦਾ ਸਿਲਕ ਦਾ ਰੇਸ਼ਾ। ਉਸ ਤੋਂ ਬਾਅਦ ਜਦੋਂ ਕੈਟਰਪਿਲਰ ਕੰਪਲੀਟਲੀ ਆਪਣੇ ਆਪ ਨੂੰ ਕਵਰ ਕਰ ਲੈਂਦਾ ਸਿਲਕ ਫਾਈਬਰ ਦੇ ਨਾਲ, ਤਾਂ ਉਹ ਕਿਹਦੇ 'ਚ ਬਦਲ ਜਾਂਦਾ ਪਿਊਪਾ ਦੇ ਵਿੱਚ। ਉਸ ਨੂੰ ਬਦਲਣ ਨੂੰ ਹੀ ਉਹ ਕੀ ਕਹਿੰਦੇ ਆ ਕਵਰਿੰਗ ਇਜ਼ ਨੋਨ ਐਜ਼ ਏ ਕਪੂਨ। ਫਿਰ ਜਦੋਂ ਇਹ ਫਰਦਰ ਜਦੋਂ ਪਿਊਪਾ ਦੀ ਡਿਵੈਲਪਮੈਂਟ ਹੋ ਜਾਂਦੀ ਹੈ ਕਪੂਨ ਦੇ ਅੰਦਰ, ਤਾਂ ਸਿਲਕ ਫਾਈਬਰ ਜਿਹੜਾ ਬਣ ਜਾਂਦਾ ਹੈ ਉਹ ਬਹੁਤ ਸਾਰਾ ਜਿਹੜਾ ਸਿਲਕ ਦੇ ਥਰੈਡ ਹੈ ਬੱਚੋ, ਡਿਫਰੈਂਟ ਡਿਫਰੈਂਟ ਵਰਾਇਟੀ ਦੇ ਜਿਹੜੇ ਰੇਸ਼ਮ ਦੇ ਕੀੜੇ ਹੁੰਦੇ ਹਨ ਉਹ ਡਿਫਰੈਂਟ ਤਰ੍ਹਾਂ ਦਾ ਰੇਸ਼ਾ ਬਣਾਉਂਦੇ ਨੇ। ਜਿਸ ਤਰ੍ਹਾਂ ਡਿਫਰੈਂਟ ਇਗਜ਼ਾਮਪਲ ਹੈ ਟਸਰ ਸਿਲਕ, ਮੂੰਗਾ ਸਿਲਕ, ਕੋਸਾ ਸਿਲਕ, ਕੀੜਿਆਂ ਡਿਫਰੈਂਟ ਡਿਫਰੈਂਟ ਸਿਲਕ ਵਾਰਮ ਦੇ ਦੁਆਰਾ ਬਣਦੇ ਹਨ। ਸਭ ਤੋਂ ਜਿਹੜਾ ਕੋਮਨ ਸਿਲਕ ਮੋਤ ਹੈ ਉਹ ਕਿੱਥੇ ਹੁੰਦਾ, ਸ਼ਹਿਤੂਤ ਦੇ ਪੱਤਿਆਂ 'ਤੇ ਜਿਹੜਾ ਤਿਆਰ ਹੁੰਦਾ ਔਰ ਉਹ ਜਿਹੜਾ ਤਿਆਰ ਰੇਸ਼ਾ ਹੁੰਦਾ ਹੈ ਬੜਾ ਹੀ ਸੋਫਟ, ਲੋਸਚਰ ਅਤੇ ਇਲਾਸਟਿਕ ਹੁੰਦਾ, ਲਚੀਲਾ ਹੁੰਦਾ ਹੈ ਔਰ ਅਸੀਂ ਉਹਨੂੰ ਡਿਫਰੈਂਟ ਡਿਫਰੈਂਟ ਕਲਰਸ ਦੇ ਵਿੱਚ ਡਾਈ ਕਰ ਸਕਦੇ ਹਾਂ। ਸੈਰੀਕਲਚਰ ਔਰ ਕਲਚਰ ਆਫ ਸਿਲਕ ਮੋਮ ਜਿਹੜੀ ਹੈ ਆਪਣੇ ਇੰਡੀਆ ਦੇ ਵਿੱਚ ਕਾਫੀ ਫੇਮਸ ਹੈ ਔਰ ਅਸੀਂ ਬਹੁਤ ਸਾਰੀਆਂ ਟਾਈਪਸ ਦੀਆਂ ਸਿਲਕ ਜਿਹੜੀਆਂ ਪ੍ਰਾਪਤ ਕਰ ਲੈਂਦੇ ਹਾਂ ਜਿਹਨਾਂ ਦੇ ਨਾਮ ਹਨ ਮਲਬਰੀ ਸਿਲਕ, ਟਸਰ ਸਿਲਕ, ਐਰੀ ਸਿਲਕ ਅਤੇ ਮੂੰਗਾ ਸਿਲਕ। ਕਕੂਨ ਤੋਂ ਸਿਲਕ ਕਿਸ ਤਰ੍ਹਾਂ ਬਣਦੀ ਹੈ, ਰੇਅਰਿੰਗ ਸਿਲਕ ਵਾਰਮ। ਜਦੋਂ ਸਿਲਕ ਮੋਥ ਬਹੁਤ ਸਾਰੇ ਫੀਮੇਲ ਸਿਲਕ ਮੋਥ ਬਹੁਤ ਸਾਰੇ ਅੰਡੇ ਦਿੰਦੀ ਹੈ ਤਾਂ ਇਹ ਜਿਹੜੇ ਅੰਡੇ ਹੈ ਜਿਹੜੇ ਰੇਸ਼ਮ ਦੇ ਕੀੜਿਆਂ ਨੂੰ ਪਾਲਦੇ ਨੇ ਜਾਂ ਸਿਲਕ ਮੋਮ ਉਹਨਾਂ ਫਾਰਮਰਸ ਕਹਿੰਦੇ ਹਾਂ, ਤਾਂ ਉਹ ਉਹਨਾਂ ਦੇ ਅੰਡੇ ਕੱਪੜੇ ਜਾਂ ਪੇਪਰ ਦੇ ਵਿੱਚ ਉਹਨਾਂ ਨੂੰ ਵੇਚ ਦਿੱਤੇ ਜਾਂਦੇ ਨੇ ਔਰ ਉਹ ਇਹਨਾਂ ਸ਼ਹਿਤੂਤ ਦੇ ਪੱਤਿਆਂ ਦੇ ਉੱਤੇ ਸੂਟੇਬਲ ਕੰਡੀਸ਼ਨ ਦੇ ਅਕੋਰਡਿੰਗ ਜਦੋਂ ਜਾਂ ਜਦੋਂ ਨਵੇਂ ਪੱਤੇ ਆਉਣੇ ਸ਼ੁਰੂ ਹੁੰਦੇ ਹਨ ਇਹ ਉੱਥੇ ਉੱਠ ਲਾਰਵਾ ਬਣਨ ਵਾਸਤੇ ਉੱਥੇ ਛੱਡ ਦਿੱਤੇ ਜਾਂਦੇ ਹਨ। ਜਦੋਂ ਲਾਰਵਾ ਜਿਹਨਾਂ ਨੂੰ ਆਪਾਂ ਕੈਟਰਪਿਲਰ ਕਹਿੰਦੇ ਹਾਂ ਔਰ ਉਹਨਾਂ ਨੂੰ ਉੱਥੇ ਛੱਡ ਦਿੱਤਾ ਜਾਂਦਾ ਹੈ ਮਲਬਰੀ ਟ੍ਰੀ 'ਤੇ, ਉਹ ਦਿਨ ਰਾਤ ਜਿਹੜੇ ਆ ਪੱਤੇ ਖਾਂਦੇ ਨੇ ਅਤੇ ਉਹ ਸਾਈਜ਼ ਦੇ ਵਿੱਚ ਵੱਡੇ ਹੋ ਜਾਂਦੇ ਹਨ। ਫਿਰ ਉਸ ਤੋਂ ਬਾਅਦ ਇਹਨਾਂ ਨੂੰ ਬੈਂਬੂ ਦੀ ਟ੍ਰੇ ਦੇ ਵਿੱਚ ਰੱਖਿਆ ਜਾਂਦਾ ਹੈ ਔਰ ਉਹਨਾਂ ਨੂੰ ਖਾਣ ਵਾਸਤੇ ਮਲਬਰੀ ਦੇ ਲੀਵਸ ਦਿੱਤੇ ਜਾਂਦੇ ਹਨ। 25 ਤੋਂ 30 ਦਿਨਾਂ ਤੱਕ ਕੈਟਰਪਿਲਰ ਖਾਣਾ ਬੰਦ ਕਰ ਦਿੰਦਾ ਹੈ, ਫਿਰ ਉਹਨਾਂ ਨੂੰ ਬੈਂਬੂ ਦੇ ਬਣੇ ਹੋਏ ਬਾਂਸ ਦੇ ਬਣੇ ਹੋਏ ਚੈਂਬਰ ਦੇ ਵਿੱਚ ਟ੍ਰੇਆਂ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਔਰ ਉੱਥੇ ਫਿਰ ਇੱਕ ਕਕੂਨ ਨਾਲ ਉੱਥੇ ਕੁਛ ਟਾਹਣੀਆਂ ਰੱਖ ਦਿੱਤੀਆਂ ਜਾਂਦੀਆਂ ਨੇ ਜਿੱਥੇ ਇੱਕ ਕਕੂਨ ਉਹਦੇ ਨਾਲ ਅਟੈਚ ਹੋ ਜਾਂਦੇ ਨੇ।
और जेड़ा कैटरपिलर जां सिल्क वॉर्म, फिर उत्थे वो अपना ककून बनाता है और सिल्क के कीड़े दे विच डिवेलप हो जाता है। प्रोसैसिंग सिल्क, वो जेड़ा ककून तैयार हुंदा है सिल्क फाइबर तो, फिर असीं धुप दे विच सुका लिता जाता है, उबालिया जाता है जां फिर उन्हों स्टीम दिती जाती है। फिर उहदे तो रेशा जेड़ा है सैपरेट करके उन्हों सैपरेट कर लिता जाता है। इस प्रोसैस नूं आपां की कहिंदे आ, रीलिंग दा सिल्क। रीलिंग जिहड़ी है हुण मशीन द्वारा भी होण लग पई है, और फिर उहदे थ्रैड बनाए जाते हैं और उसनों फिर वीविंग करने वास्ते भेज दिता जाता है। हाँ जी बच्चों, इस चैप्टर दे विच आपां की सीखिया कि सिल्क कितों मिलती है सानू, सिल्क वॉर्म तो, और वूल कितों मिलती है, शीप गोट और यॉक तो। सो सिल्क और वूल फिर की हो गए एनिमल फाइबर। ते कैमल दे हेयर्स तो, लियामा तो, अल्पैका, लियामा ते अल्पैका साउथ अमेरिका दे विच मिलते हैं, ये भी सानू की प्रोवाइड करते हैं, वूल प्रोवाइड करते हैं। और इंडिया दे विच आपां वूल लैन वास्ते किनू पालते हैं, शीप नू पालते हैं। शीप दे जेडे बाल है उन्होंने उतारिया जाता है, स्कोर किया जाता है, सोर्टिड किया जाता है, ड्राई ड्राई मतलब सुकाया जाता है, फिर कलर किया जाता है, फिर वूल बनाने विच भेजा जाता है। सिल्क वॉर्म जेडे ने ओ आर कैटरपिलर ऑफ सिल्क मॉथ ड्यूरिंग देयर लाइफ साइकिल। द वॉर्म स्पिन कोकून ऑफ सिल्क फाइबर। अपने लाइफ साइकिल दे विच जेड़ा वॉर्म है वो की बनाता है, कोकून बनाता है सिल्क फाइबर किदे मिलके बने हैं, प्रोटीन। सो सिल्क फाइबर्स नूं आपां ककून तो सैपरेट करते हाँ, और फिर उस किदे विच बदलने सिल्क थ्रैड दे विच। वीवर वीव सिल्क थ्रैड इनटू सिल्क क्लोथ। वीवर्स जेड़े ने कपड़ा बुनन वाले ने, फिर सिल्क दे धागियां तो की बनाते ने, सिल्क दे कपड़े। Let us revise the chapter with the slide. Wool obtained from yak, alpaca, sheep, goat and camels. Wool sanu ina janwara to mildi hai. Is nu kis tarah taiyar kita janda hai ki sheep de pehle vaal kat litte jande han, fir unna nu kithe bheja janda hai, mills de vich bheja janda hai, kithe inna nu wash kita janda hai taki de dirt nikal jaye। डर्ट कटन तो बाद इन्हों मशीन दे विच रोलिंग करके फिर इन्हों थ्रैड्स बनाए जाते हैं। थ्रैड बनाने तो बाद सानू बच्चों की मिल जाती है, वूल मिल जाती है। सिल्क मोथ रेशम के कीड़े तो, जो तो अडल्ट मोथ होंगी है तो ये की देंदी है, शतूत के पत्तियां की देंदी है अंडे। अंडे देने तो बाद इत्थे की निकल आंदा जी लारवा। लारवा जो जिन्हों आप कैटरपिलर कहने हैं, और प्यूपा बनाता है, प्यूपा के अंदर की बनाता है ककून, जाल बनाता है। उस तो बाद इतों ही सानू जो रेशम का कीड़ा मिलता है, जो इसकी फिर डिवेलपमेंट हो जाती है, फिर कि बदल जाता है डल्ट मोड के। कैटरपिलर जोड़ा है वो शतूत के पत्तियां पर 3 से 4 हफ्ते तक रहता है, और अपने आले दुआले की बना लेता है, ककून बना लेता है। हाँ जी, आप बच्चे डिस्कस कर लेने क्वेश्चन। फर्स्ट क्वेश्चन है, तुसी नर्सरी राइम सुनी होगी, बाबा ब्लैक शीप हैव यू एनी वूल, और दूसरी मैरी हैड अ लिटल लैम्प हूज फ्लीस वाज वाइट एज स्नो। इन्हां दे आंसर देने हैं कि फर्स्ट दे विचों विच पार्ट ऑफ द ब्लैक शीप हैव वूल, केड़े पार्ट दे विच ब्लैक शीप को वूल है, तां की सी कि वूल इज ऑब्टेन्ड फ्रॉम हेयर, हेयरी फाइबर्स ऑफ द शीप। केड़े हिस्से तो आपां वूल प्राप्त करते हैं बच्चों, हेयर को। नेक्स्ट है, व्हाट इज मेंट बाय वाइट फ्लीस ऑफ लैम्प। ते वाइट फ्लीस की है कि जेड़े ओदे ते वाइट कलर दे हेयर जिहड़े सीगे ओ लैम्प दे उपर, उहनूं इह दसदा है। नेक्स्ट है, सिल्क वॉर्म इज ए कैटरपिलर लार्वा, चूज द करेक्ट ऑप्शन। ता सिल्क वॉर्म की कैटरपिलर है कि लार्वा, बच्चो ये दोनों ही है, तो आंसर की आएगा ए और बी, बोथ ए एंड, इतने आंसर आएगा बोथ ए एंड बी।
ਵਿਚ ਆਫ ਦਾ ਫੋਲੋਇੰਗ ਡਸ ਨਾਟ ਯੀਲਡ ਫੂਡ, ਇਹਨਾਂ ਵਿੱਚੋਂ ਦੱਸੋ ਕਿ ਕਿਹੜਾ ਜਾਨਵਰ ਜਿਹੜਾ ਹੈ ਨਹੀਂ ਦਿੰਦਾ। ਯੋਗ, ਕੈਮਲ, ਗੋਟ, ਵੂਲੀ ਡੋਗ। ਤਾਂ ਆਨਸਰ ਇਜ ਵੂਲੀ ਡੋਗ। ਨੈਕਸਟ ਕੁਸ਼ਚਨ ਹੈ ਰੀਅਰਿੰਗ, ਸ਼ੇਅਰਿੰਗ ਅਤੇ ਸੈਰੀਕਲਚਰ ਦੀ ਟਰਮ ਬਾਰੇ ਦੱਸੋ, ਡਿਫਾਈਨ ਕਰੋ। ਰੀਅਰਿੰਗ ਦਾ ਦੱਸਿਆ ਸੀਗਾ ਕਿ ਰੀਅਰਿੰਗ ਦਾ ਮਤਲਬ ਹੈ ਸਮਨ ਟੂ ਗਰੋ ਅਪ, ਕਿਸੇ ਨੂੰ ਪਾਲਣਾ। ਸ਼ੇਅਰਿੰਗ ਹੈ ਜਿਹੜੀ ਉਹਦੀ ਪੇਟ ਦੇ ਉੱਪਰ ਵਾਲ ਆ ਜਾਂਦੇ ਨੇ ਉਹਨਾਂ ਨੂੰ ਉਤਾਰਨ ਨੂੰ ਆਪਾਂ ਕੀ ਕਹਿੰਦੇ ਹਾਂ, ਸ਼ੇਅਰਿੰਗ। ਸੈਰੀਕਲਚਰ ਕੀ ਹੈ? ਸੈਰੀਕਲਚਰ ਦੱਸਿਆ ਸੀਗਾ ਕਿ ਰੇਸ਼ਮ ਦੇ ਕੀੜੇ ਨੂੰ ਪਾਲਣ ਨੂੰ ਆਪਾਂ ਕੀ ਕਹਿੰਦੇ ਹਾਂ, ਸੈਰੀਕਲਚਰ। ਨੈਕਸਟ ਕੁਸ਼ਚਨ ਹੈ ਗਿਵਨ ਬਲੋਅ ਇਜ਼ ਅ ਸੀਕੁਐਂਸ ਆਫ ਸਟੈਪਸ ਇਨ ਦਾ ਪ੍ਰੋਸੈਸਿੰਗ ਰੂਲ ਵਿਚ ਆਰ ਮਿਸਿੰਗ ਸਟੈਪਸ, ਐਡ ਦੈਮ। ਸ਼ੇਅਰਿੰਗ ਡੈਸ਼, ਸ਼ੋਰਟਿੰਗ ਡੈਸ਼, ਡੈਸ਼ ਐਂਡ ਡੈਸ਼। ਸ਼ੇਅਰਿੰਗ ਤੋਂ ਬਾਅਦ ਬੱਚੋ ਕੀ ਆ ਜਾਂਦੀ, ਸਕੋਰਿੰਗ, ਫਿਰ ਸ਼ੋਰਟਿੰਗ, ਫਿਰ ਪਿਕਿੰਗ ਅਪ ਬੁਰ, ਫਿਰ ਆਪਾਂ ਉਹਨੂੰ ਕੀ ਕਰਦੇ ਹਾਂ, ਡਾਈ ਕਰਦੇ ਹਾਂ, ਡਾਈਂਗ ਆਫ ਫਾਈਬਰ, ਫਿਰ ਆਪਾਂ ਉਹਦਾ ਕੀ ਬਣਾਉਂਦੇ ਹਾਂ, ਮੇਕਿੰਗ ਆਫ ਯਾਰਨ। ਨੈਕਸਟ ਕੁਸ਼ਚਨ ਹੈ ਮੇਕ ਅ ਸਕੈਚ ਆਫ ਟੂ ਸਟੇਜਿਸ ਇਨ ਦਾ ਲਾਈਫ ਹਿਸਟਰੀ ਆਫ ਸਿਲਕ ਮੋਸ ਵਿਚ ਆਰ ਡਾਇਰੈਕਟਲੀ ਰਿਲੇਟਡ ਟੂ ਦੀ ਪ੍ਰੋਡਕਸ਼ਨ ਆਫ ਸਿਲਕ। ਤਾਂ ਟੂ ਸਟੇਜਿਸ ਕਿਹੜੇ ਨੇ, ਕੈਟਰਪਿਲਰ ਔਰ ਪੂਪਾ ਵਿਦ ਦੀ ਡਿਵੈਲਪਿੰਗ ਮੋਸ, ਇਹ ਬੱਚੋ ਤੁਸੀਂ ਬੁੱਕ ਦੇ ਪੇਜ ਤੋਂ ਅੱਛੀ ਤਰ੍ਹਾਂ ਬਣਾ ਸਕਦੇ ਹੋ। ਨੈਕਸਟ, ਇਹਨਾਂ ਵਿੱਚੋਂ ਕਿਹੜੀਆਂ ਦੋ ਟਰਮ ਜਿਹੜੀਆਂ ਸਿਲ ਪ੍ਰੋਡਕਸ਼ਨ ਦੇ ਵਿੱਚ ਯੂਜ ਹੁੰਦੀਆਂ ਨੇ, ਸੈਰੀਕਲਚਰ, ਫਲੋਰੀਕਲਚਰ, ਮੋਰੀਕਲਚਰ, ਐਪੀਕਲਚਰ ਐਂਡ ਸਿਲਵੀਕਲਚਰ? ਤਾਂ ਬੱਚੋ ਸੈਰੀਕਲਚਰ ਔਰ ਮੋਰੀਕਲਚਰ ਜਿਹੜੇ ਆ ਅਸੀਂ ਯੂਜ ਕਰਦੇ ਹਾਂ। ਨੈਕਸਟ ਹੈ ਮੈਚ ਦਾ ਵਰਡ ਸਕੋਰਿੰਗ, ਮਰਬਿਲੀਸ, ਯੋਕ, ਕਕੂਨ। ਸਕੋਰਿੰਗ, ਸਕੋਰਿੰਗ ਬੱਚੋ ਆਪਾਂ ਕੀ ਕਰਦੇ ਹਾਂ, ਕਲੀਨਿੰਗ ਸ਼ੇਅਰਡ ਸਕਿਨ, ਮਲਬਰੀ ਲੀਫ ਕਿਨੇ ਫੂਡ ਆਫ ਸਿਲਕਵੋਮ, ਸਿਲਕਵੋਮ ਦਾ ਖਾਣਾ ਹੈ ਮਲਬਰੀ ਲੀਫ। ਯੋਕ ਤੋਂ ਸਾਨੂੰ ਕੀ ਮਿਲਦੀ ਹੈ, ਵੂਲ ਮਿਲਦੀ ਹੈ। ਕਕੂਨ ਯੀਲਡ ਸਿਲਕ ਫਾਈਬਰਸ। ਨੈਕਸਟ ਕੁਸ਼ਚਨ ਹੈ ਗਿਵਨ ਬਲੋਅ ਇਜ਼ ਕਰੋਸ ਬਟਰ, ਇਹ ਦਿੱਤੀ ਹੈ, ਦੱਸੋ ਥਰੋ ਵਾਸ਼ਿੰਗ ਐਨੀਮਲ ਫਾਈਬਰ, ਡਾਊਨ ਚੀਜ਼ ਲੈ ਕੇ ਜਾਣੇ ਨੇ, ਥਰੋ ਵਾਸ਼ਿੰਗ ਐਨੀਮਲ ਫਾਈਬਰ, ਲੋਂਗ ਥਰੈਡ ਲਾਈਕ ਸਟਰਕਚਰ। ਤਾਂ ਸਕੋਰਿੰਗ, ਸਕੋਰ ਔਰ ਡੋਂਗ ਦੇ ਵਿੱਚ ਸੀਗਾ ਫਾਈਬਰ ਔਰ ਸਿਲਕ। ਨੈਕਸਟ ਹੈ ਮਲਬਰੀ, ਕੈਟਰਪਿਲਰ ਐਂਡ ਬੂਡ। ਓਕੇ ਬੱਚੋ, ਤੁਹਾਨੂੰ ਇਹ ਲੈਸਨ ਕਲੀਅਰ ਹੋ ਗਿਆ ਹੋਏਗਾ। ਥੈਂਕ ਯੂ।